ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹੋਰ ਸਾਰੇ ਠੀਕ ਠਾਕ ਹੋ? ਉਮੀਦ ਹੈ ਤੁਸੀਂ ਸਭ ਠੀਕ ਠਾਕ ਹੋਵੋਗੇ, ਅਸੀਂ ਵੀ ਬਿਲਕੁਲ ਠੀਕ ਠਾਕ ਹਾਂ। ਸਵੇਰ ਦਾ ਟਾਈਮ ਹੈ ਅਤੇ ਬੀਬੀ ਕਰ ਰਹੀ ਹੈ ਸਵੇਰੇ ਸਵੇਰੇ ਯੋਗਾ, ਫਿੱਟ ਰੱਖਣ ਲਈ ਸਰੀਰ ਨੂੰ ਯੋਗਾ ਕਰਨਾ ਬਹੁਤ ਜ਼ਰੂਰੀ ਹੈ। ਚਾਹੇ ਥੋੜ੍ਹਾ ਟਾਈਮ ਹੀ ਲਾਓ, ਐਕਸਰਸਾਈਜ਼ ਕਰੋ, ਯੋਗਾ ਕਰੋ, ਹੈ ਨਾ। ਚਲੋ, ਬੀਬੀ ਹੈ ਜਿਹੜੀ ਉਹ ਆਪਣਾ ਰੂਟੀਨ ਹੈ ਜਿਹੜਾ ਉਹ ਸ਼ੁਰੂ ਕਰ ਲਿਆ, ਉਹਨੇ ਯੋਗਾ ਕਰਨਾ ਸ਼ੁਰੂ ਕਰਤਾ। ਬੀਬੀ ਕੋਈ ਘੈਂਟ ਜੀ ਗੱਲ ਹੀ ਸੁਣਾ ਦੋ। ਕਿਹੜੀ ਗੱਲ? ਕੋਈ ਘੈਂਟ ਜੀ ਗੱਲ। ਘੈਂਟ ਜੀ ਗੱਲ? ਹੁਣ ਦੇ ਜਵਾਨੇ ਦੀ ਕਿ ਪਿਛਲੇ ਜਵਾਨੇ ਦੀ? ਹੁਣ ਦੀ ਕਿਹੜੀ ਗੱਲ ਹੋਣੀ, ਪਿਛਲੇ ਦੀ ਸੁਣਾ। ਬੋਲਦਾ ਵੇਖ, ਪਿਛਲੇ ਜਵਾਨੇ ਦੀ ਵੇਖ ਲਾ। ਵਿਆਹ ਹੁੰਦੇ ਸੀ, ਰਾਤ ਰਹਿੰਦੀ ਸੀ ਰਾਤ। ਹੁਣ ਕੋਈ 2 ਘੰਟੇ ਨਹੀਂ ਰੱਖ ਸਕਦਾ ਅਗਲਾ, ਅਤੇ ਮੇਲ ਵੀ 4-5 ਦਿਨ ਰਿਹਾ ਸੀ। ਹੋਰ ਮੇਲ 2 ਦਿਨ ਪਹਿਲਾਂ ਆ ਗਿਆ ਅਤੇ 2 ਦਿਨ ਵਿਆਹ ਪਿੱਛੋਂ ਗਿਆ। ਵਿਆਹ ਤੋਂ ਯੂਵੀ ਤੂੰ ਕਹਿ ਕਿੰਨੀ ਮੌਤ ਸੀ, ਜਵਾਕਾਂ ਨੂੰ ਸਕੂਲ ਨਹੀਂ ਜਾਣਾ ਪੈਂਦਾ। ਠੀਕ ਹੈ, ਕਿੰਨੀ ਮੌਤ ਸੀ, ਜਵਾਕਾਂ ਨੂੰ 7-7 ਦਿਨ ਸਕੂਲ ਨਹੀਂ ਜਾਣਾ ਪੈਂਦਾ ਸੀ। ਹੋਰ ਸੱਚੀ ਤੇ ਦੂਜਾ 1 ਦਿਨ ਪਹਿਲਾਂ ਹੀ ਆ ਗਏ ਸੀ ਨਾਨਕੇ ਬੇਬੇ ਕਰੀ। ਹੁਣ ਕੱਲ੍ਹ ਨੂੰ ਆਉਣਾ ਸੀ ਉਹਨਾਂ ਨੇ, ਅੱਜ ਕੱਲ੍ਹ ਕੋਠੀ ਵਾਲੇ ਆ ਗਏ। ਨਹੀਂ ਆ ਜਾ ਬਾਹਰ, ਅਤੇ ਬੇਬੇ ਨੂੰ ਨਹੀਂ ਦਰੀਪੋ ਬਾਹਰ ਆ, ਕੋਠੀ ਵਾਲੇ ਆ ਗਏ। ਬੇਬੇ ਹਰੀ ਨਹੀਂ, ਉਹਨਾਂ ਨੇ ਤਾਂ ਅੱਜ ਕੱਲ੍ਹ ਨੂੰ ਆਉਣਾ ਸੀ। ਉਹ ਹਰੀ ਉਹ ਆਦਮੀ ਉੱਥੇ ਆ ਗਏ ਖੜ੍ਹੇ ਆ, ਚੱਲ ਪਾਣੀ ਪੂਣੀ ਲੈ ਕੇ ਜਾ ਕਰ ਲੱਗੇ ਇਹਨਾਂ ਨੂੰ ਕਿਸੇ ਨੂੰ। ਅੱਗੇ ਪਾਣੀ ਲੈ ਕੇ ਜਾਂਦੇ ਸੀ ਵੀ ਨਾਨਕੇ ਆ ਗਏ, ਮੂਹਰੇ ਪਾਣੀ ਲੈ ਕੇ ਜਾਓ। ਹੋਰ ਪਾਣੀ 'ਚ ਬਾਲਟੀ ਫਿੱਲ ਗਈਆਂ ਵੀ ਉਹਨਾਂ ਨੂੰ ਪਾਣੀ ਪੂਣੀ ਪਿਆ ਕੇ ਲਿਆਵਾਂਗੇ ਘਰੇ। ਫਿਰ ਰਾਤ ਨੂੰ ਉਹਨਾਂ ਨੇ ਸੜਕ ਕੰਮ ਕੀਤਾ, ਗਿੱਧਾ ਪਾਇਆ ਸੜਕ ਉਹਨਾਂ ਨੇ, ਅਤੇ ਮਾਨਿਆਂ ਵਾਲੇ ਜਿਹੜੀ ਆ ਗਏ ਸੀ, ਆਉਣਾ ਸੀ ਅਗਲੇ ਦਿਨ। ਅਤੇ ਮਾਈਆਂ ਵਾਲਾ ਕਿਹੜਾ ਦਿਨ ਹੁੰਦਾ? ਉਹ ਆਵੇ ਸਾਡੀ ਬੀਬੋ ਦਾ ਆਵੇ ਆ, ਸਾਨੂੰ ਗੋਡੇ ਗੋਡੇ 'ਚ। ਉਹ ਸੱਚੀ ਉਹਨਾਂ ਨੂੰ ਚਾਈ ਵਾਲਾ ਸੀ, ਵਿਆਹ ਹੋਇਆ ਹੀ ਨਹੀਂ ਸੀ ਅਜੇ ਕਿਸੇ ਦਾ, ਮੇਰਾ ਹੀ ਵਿਆਹ ਪਹਿਲਾਂ ਹੋਇਆ ਸੀ, ਉਹਨਾਂ ਨੂੰ ਚਾਹ ਵਾਲਾ ਸੀ। ਸ਼ਾਮ ਨੂੰ ਮਾਈਆਂ ਕਰਦੀ ਹੈ, ਕੁੜੀ ਦੀਆਂ ਕਰਦੀ ਹੈ 3 ਦਿਨ ਪਹਿਲਾਂ, ਮੁੰਡੇ ਦੀਆਂ 5 ਦਿਨ ਪਹਿਲਾਂ। ਐਂ ਤਾਂ ਪੁੱਛ ਲਾ ਮਾਈਆਂ ਕੀ ਹੁੰਦੀਆਂ ਪਤਾ? ਹੈਂ ਪੁੱਛ ਵੀ ਪੁੱਛਿਆ ਬੀਬੀ ਨੇ, ਦੱਸਿਆ ਹੀ ਨਹੀਂ ਬੀਬੀ, ਕਹਿੰਦੇ 5 ਦਿਨ ਪਹਿਲਾਂ ਵਾਲੇ ਮੁੰਡੇ ਦੇ ਮਾਈਆਂ ਕਰਦੀ। ਤੂੰ ਐਂ ਪੁੱਛਿਆ ਕਿੰਨੇ ਦਿਨ ਪਹਿਲਾਂ ਕਰਦੀ ਆ? ਨਹੀਂ ਮੈਂ ਪੁੱਛਿਆ ਸੀ ਮਾਈਆਂ ਵਾਲਾ ਦਿਨ ਕੀ ਹੁੰਦਾ, ਕੀ ਹੁੰਦਾ? ਮਾਈਆਂ ਸ਼ਾਮ ਨੂੰ ਚੌਲ ਰਿੰਨ ਕੇ, ਅੱਛਾ, ਜੇ ਕੁੜੀ ਦੀਆਂ ਮਾਈਆਂ ਤਾਂ ਕੁੜੀਆਂ ਇਕੱਠੀਆਂ ਕਰ ਲੈਂਦੀ ਹੈ, 5 ਕੁੜੀਆਂ 7 ਜਿੰਨੀਆਂ ਵੀ ਹੁਣ ਭਾਵੇਂ 9 ਹੋ ਜਾਣ, ਅਤੇ ਸਾਰੀਆਂ ਕੁੜੀਆਂ ਬਹਿ ਜਾਂਦੀਆਂ ਨਾਲ, ਜਿਹੜੀ ਵਿਆਹ ਵਾਲੀ ਕੁੜੀ ਹੁੰਦੀ ਉਹ ਬਹਿ ਜਾਂਦੀ ਹੈ। ਫਿਰ ਉਹ ਜਿਹੜੀਆਂ ਕੁੜੀਆਂ ਆਉਂਦੀਆਂ ਉਹ ਸਾਰੀਆਂ ਉਹਦੇ ਮੂੰਹ 'ਚ ਚਿੰਤਾ ਚਿੰਤਾ ਪਾਉਂਦੀਆਂ ਕਾਹਦਾ, ਚੌਲਾਂ ਦਾ। ਫਿਰ ਬਸ ਆਉਂਦੀਆਂ, ਜਿਹੜੀ ਕੋਈ ਕੁੜੀ ਵੱਡੀ ਹੁੰਦੀ ਆ, ਆਉਂਦੀਆਂ ਉੱਠ ਕੇ ਦੱਸ ਪੜੋਸ ਦੀ, ਇਹਦਾ ਵਿਆਹ ਹੋ ਜੂਗਾ। ਮੁੰਡਿਆਂ ਨੂੰ ਵੀ ਐਂ ਕਰਦੀ ਹੈ, ਮੁੰਡਾ ਵੀ ਸਿਰ ਪੜੋਸ ਦਾ ਵਿਆਹ ਤਾਂ ਕੀਤਾ ਸੀ। ਹਾਂ ਤੇਰਾ ਪੜੋਸਾ ਸੀ? ਤੇਰਾ ਤਾਂ ਨੀ ਪੜੋਸਦਾ ਕਿਤੇ,
ਫਿਰ ਭਾਈ ਬਰਾਤ ਆ ਗਈ ਤੀਜੇ ਦਿਨ ਚੇਤੇ ਬਰਾਤ ਕੀ ਆਈ ਫਿਰ ਤੇਰੇ ਪਾਪਾ ਹੀ ਜਨਾਤ ਆ ਨੌਕਰੀ ਕਰਦੇ ਸੀ ਹਰੇਕ ਹੀ ਤੁਰ ਪੈਂਦਾ ਸੀ ਹਾਂ 80 ਬੰਦੇ ਆ ਗਏ ਪਾਪਾ ਜੀ ਦੇ ਨਾਲ ਤੇ ਹੋਰ ਉੱਥੋਂ ਆਫਿਸ ਚੋਂ ਹੋਰ ਸਾਰੇ ਸਣੇ ਬੁੱਟਾਂ ਤੋਂ 100 ਬੰਦਾ ਬਣ ਗਿਆ 80 ਵੀ ਕਿਹੜੇ ਆਖਿਆ ਤਾਂ 80 ਬੰਦੇ ਆਵਾਂਗੇ ਅਤੇ ਉਦੋਂ ਕੁਰਸੀਆਂ ਰੱਖਦੇ ਸੀ ਕੁਰਸੀਆਂ ਡਾਉਂਦੇ ਸੀ ਕੁਰਸੀਆਂ ਮੇਜ਼ ਉਹ ਵੀ ਆਪਣੇ ਲਾਇਆ ਸੀ ਵੀ ਤੇਰੇ ਪਾਪਾ ਜੀ ਪੜ੍ਹੇ ਲਿਖਿਆ ਉਹਨੂੰ ਤਾਂ ਥੱਲੇ ਹੀ ਪਾਉਂਦੇ ਸੀ ਬਰਾਤ ਨੂੰ ਹੋਰ ਉਹ ਆਪਾਂ ਕੁਰਸੀਆਂ ਲਾਈਆਂ ਸੀ ਵੀ ਪੜ੍ਹੇ ਲਿਖੇ ਆ ਅਤੇ 100 ਬੰਦਾ ਜਾਵੜੇ ਅਤੇ ਬਾਈ ਹੈ ਤਾਂ ਕੁਰਸੀਆਂ 80 ਆ ਅਤੇ ਉਹ ਦੂਜਾ ਬਾਈ ਦੇ ਮਾਮੇ ਦਾ ਪੁੱਤ ਸੀ ਡਾਕਟਰ ਉਹ ਆਹ ਤਾਂ ਘਬਰਾ ਨਾ ਕੁਛ ਨਹੀਂ ਹੁੰਦਾ ਬਾਈ ਉਹ ਕਿਹੜਾ ਬਰਾਤ ਕਰੇ ਸਾਰੀ ਇਕੱਠੀ ਆਊਗੀ ਇਕੱਠੀ ਤਾਂ ਬਰਾਤ ਆਉਂਦੀ ਨਹੀਂ ਹੁੰਦੀ ਦਾਰੂ ਪੀ ਕੇ ਡਿੱਗੇ ਪਏ ਹੋਣਗੇ ਕੋਈ ਕਿਤੇ ਕੋਈ ਕਿਤੇ ਉਹੀ ਗੱਲ ਸਾਰੀ ਰਾਤ ਹੀ ਬਰਾਤ ਤੁਰੀ ਫਿਰੀ ਰੋਟੀ ਖਾਂਦੀ ਹੋਰ ਸਾਰੀ ਰਾਤ ਹੀ ਤੁਰੇ ਫਿਰੇ ਕਦੇ 4 ਆ ਗਏ ਕਦੇ 10 ਆ ਗਏ ਕਦੇ 20 ਆ ਗਏ ਆਈ ਰੋਟੀਆਂ ਖਾਂਦੇ ਤੁਰੇ ਫਿਰੇ ਸਾਰੀ ਰਾਤ ਅਤੇ ਖਾਣਾ ਲੱਗ ਗਿਆ ਸੱਤ 'ਚ ਖਾਣਾ ਲੱਗ ਗਿਆ ਹੋਰ ਫਿਰ ਉੱਥੇ ਖਾਣਾ ਵੀ ਖਾਣ ਲੱਗ ਗਏ ਅਤੇ ਫਿਰ ਆ ਗਏ ਰੋਟੀਆਂ ਖਾਣ ਰਾਤ ਨੂੰ ਉਦੋਂ ਪਤਾ ਘਰਾਂ ਦੇ ਮੁੰਡੇ ਵੀ ਚੰਗੇ ਹੁੰਦੇ ਸਾਰੀ ਰਾਤ ਹੀ ਰਹਿੰਦੇ ਸੀ ਵੀ ਬਰਾਤ ਰਹੂਗੀ ਉੱਥੇ ਸਾਰੀ ਰਾਤ ਰਹਿਣਾ ਸੀ ਉਹਨਾਂ ਨੇ ਜਵਾਨਾਂ ਤਾਂ ਖੈਰ ਬਹੁਤ ਚੰਗਾ ਸੀ ਸਾਰੀਆਂ ਬੁੜੀਆਂ ਰੋਟੀਆਂ ਪਕਾਉਂਦੀਆਂ ਭੱਜ ਗਈਆਂ ਖਾਣਾ ਦੇਖਣ ਛੱਪੜ 'ਤੇ ਖੜ ਕੇ ਉੱਥੇ ਆਦੀਆਂ ਨਹੀਂ ਕੋਈ ਰੋਟੀ ਫੇਰ ਪਕਾ ਲਾਂਗੇ ਜੇ ਕਿਹੜਾ ਖਾਂਦੇ ਆ ਆਪਾਂ ਭੱਜ ਕੇ ਵੇਖਿਆ ਜੀ ਉੱਥੇ ਲੱਗ ਜਾਈਏ ਖੜ ਕੇ ਵੇਖਣ ਖਾਣਾ ਧਰਮਸਾਲਾਂ 'ਚ ਲਾਇਆ ਸੀ ਸੱਤ 'ਚ ਸੱਸ ਤਾਂ ਮੋੜ ਕੇ ਕਹਿੰਦਾ ਛੱਪੜ ਤੋਂ ਸੱਥ ਕਿਵੇਂ ਦਿਸ ਸੱਥ ਦੀਦੀ ਤੈਨੂੰ ਦੀਦੀ ਸੱਥ ਤਾਂ ਮੋੜ ਕੇ ਬੀਬੀ ਦਾ ਵਿਆਹ ਬਰਾਤ ਬੁੱਟਰੀ ਚੜ੍ਹ ਗਈ ਸੀ ਜਿੱਤਗਲ ਦੀ ਗੱਲ ਕਰਦੀ ਹੈ ਬੀਬੀ ਛੱਪੜ ਤਾਂ ਦੀਦੀ ਛੱਪੜ ਚ ਖਾਣਾ ਤੇ ਕਹਿੰਦੀ ਦੱਸ ਫਿਰ ਬੋਲ ਪਏ ਭਾਈ ਮੁੰਡੇ ਦੇ ਪਿਓ ਦੇ ਪੈਸੇ ਨਿਕਲ ਗਏ ਅੱਗੇ 1500 ਰੁਪਏ ਡਿੱਗ ਪਿਆ ਉਹ ਤਾਂ 1500 ਵੀ ਬਹੁਤ ਉਹ ਤਾਂ 1500 ਤਾਂ 1,500,000 ਵਰਗਾ ਹੀ ਸੀ ਸੱਚੀ 1500 ਤਾਂ ਬਹੁਤ ਸੀ ਤੇ ਅਜੇ ਭਾਈ ਮੁੰਡੇ ਦੇ ਪਿਓ ਦੇ ਪੈਸੇ ਡਿੱਗ ਪਏ 1500 ਰੁਪਏ ਨਿਕਲ ਗਿਆ ਅੱਛਾ
ਲਓ ਜੀ, ਬੀਬੀ ਨੇ ਅੱਜ ਆਪਦੇ ਵਿਆਹ ਦੀਆਂ ਗੱਲਾਂ ਸੁਣਾ ਦਿੱਤੀਆਂ ਯੂਵੀ ਨੂੰ। ਯੂਵੀ ਦਾ ਸਿਰ ਨਹਾਉਣ ਵਾਲਾ ਸੀ ਅੱਜ, ਮੈਂ ਪਹਿਲਾਂ ਇਹਨੂੰ ਸਿਰ ਨਵਾਇਆ, ਸਿਰ ਨਵਾ ਕੇ ਵਾਲ ਬੂਲ ਇਹਦੇ ਆਪਣੇ ਸੁਕਾ ਲਏ ਆ, ਅਤੇ ਹੁਣ ਆਪਾਂ ਚੰਗੀ ਤਰ੍ਹਾਂ ਇਹਦੇ ਸਿਰ ਦੇ ਵਿੱਚ ਤੇਲ ਝੱਸ ਰਹੇ ਹਾਂ। ਅਤੇ ਚਲ ਜ਼ਰੂਰੀ ਹੈ ਤੇਲ ਲਾਉਣਾ ਵੀ, ਹੈ ਨਾ, ਸਿਰ ਨੂੰ ਸਾਰਿਆਂ ਨੂੰ ਲਾਉਣਾ ਚਾਹੀਦਾ। ਮੈਂ ਤਾਂ ਆਪਦੇ ਸਿਰ ਨੂੰ ਤੇਲ ਬਹੁਤ ਜ਼ਿਆਦਾ ਲਾਉਂਦੀ ਹਾਂ, ਹੈ ਨਾ, ਅਤੇ ਵਧੀਆ ਲੱਗਦਾ। ਭਤੀਜੇ ਭਤੀਜੀਆਂ ਛੋਟੇ ਛੋਟੇ ਹੋਣ, ਉਹਨਾਂ ਦਾ ਆਪਾਂ ਨਿਮਾਈਏ ਉਹਨਾਂ ਨੂੰ, ਹੈ ਨਾ, ਅਤੇ ਸਿਰ ਸੁਰਵਾਈਏ ਉਹਨਾਂ ਦਾ, ਜੂੜੇ ਕਰੀਏ, ਗੁੱਤਾਂ ਕਰੀਏ। ਹੁਣ ਆਪਾਂ ਇਹਦਾ ਕਰਾਂਗੇ ਜੂੜਾ ਚੰਗੀ ਤਰ੍ਹਾਂ। ਅੱਜ ਮੈਂ ਇਹਦੇ ਵਾਲਾਂ ਨੂੰ ਐਨ ਬਿਰਲਾਂ ਦੇ ਦੇ ਕੇ ਤੇਲ ਝੱਸ ਝੱਸ ਕੇ ਲਾਇਆ, ਅਤੇ ਇਹ ਵਿਚਾਰਾ ਕੁਛ ਕਹਿੰਦਾ ਵੀ ਨਹੀਂ ਹੈਗਾ, ਸਾਊ ਵੀ ਬਹੁਤ ਆ ਭਤੀਜਾ ਆਪਣਾ, ਅਤੇ ਇਹਨੂੰ ਜਮਾਂ ਹੀ ਨਹੀਂ ਆ ਹੁੰਦਾ। ਜਦੋਂ ਕਹਿੰਦਾ ਨਾ ਲਾਓ, ਦੇ ਨਾਲ ਦੀ ਨਾਲ ਨਹਾ ਲੈਣਾ ਵਾਲ, ਕਿਉਂਕਿ ਇਹਦੇ ਥੋੜ੍ਹੇ ਜਿਹੇ ਹੈਵੀ ਵੀ ਹੈ ਅਤੇ ਲੰਬੇ ਵੀ ਹੈ, ਜੇ ਇਹਦੇ ਤੋਂ ਸਿਰ ਧੋਤਾ ਨਹੀਂ ਜਾਂਦਾ। ਅਤੇ ਹੁਣ ਆਪਾਂ ਇਹਦੇ ਲਾ ਰਹੇ ਹਾਂ ਤੇਲ, ਝੱਸ ਝੱਸ ਕੇ ਪੂਰਾ ਐਨ ਤੇਲ ਲਾ ਦੇਣਾ ਜੜ੍ਹਾਂ ਦੇ ਵਿੱਚ, ਅਤੇ ਥੋੜ੍ਹਾ ਜਿਹਾ ਸਿਰ ਨੂੰ ਨਾ ਮਸਾਜ ਵੀ ਹੋ ਜਾਂਦੀ ਹੈ। ਸਿਰ ਦੀ ਮਸਾਜ ਕਰਨੀ ਵੀ ਬਹੁਤ ਜ਼ਰੂਰੀ ਹੁੰਦੀ ਹੈ, ਅਤੇ ਬਲੱਡ ਸਰਕੂਲੇਸ਼ਨ ਵਾਸਤੇ ਬਹੁਤ ਜ਼ਰੂਰੀ ਹੈ। ਲਓ ਜੀ, ਉਸ ਤੋਂ ਬਾਅਦ ਆਪਾਂ ਹੁਣ ਇਹਦਾ ਵਾਹ ਕੇ ਕਰ ਦਾਂਗੇ ਜੂੜਾ ਤੇਲ ਤੂਲ ਲਾ ਕੇ। ਲਓ ਵੀ ਜੂਵੀ ਦਾ ਆਪਾਂ ਜੂੜਾ ਕਰਤਾ, ਨਹਾ ਲਿਆ ਧੋ ਲਿਆ, ਇਹਨੂੰ ਤਾਂ ਆਰਾਮ ਆਇਆ ਆ। ਆਪਾਂ ਨੂੰ ਵੀ ਐਂ ਲੱਗਦਾ ਹੁੰਦਾ ਵੀ ਆਰਾਮ ਹੀ ਆ ਗਿਆ ਬੱਚੇ ਨੂੰ ਨਵਾ ਧਵਾ ਕੇ, ਹੈ ਨਾ, ਵਾਲ ਵੂਲ ਪਾ ਕੇ। ਚਲੋ ਹੁਣ ਆਰਾਮ ਨਾਲ ਲੱਭਦਾ ਥੋੜ੍ਹੀ ਦੇਰ ਪੜ੍ਹ ਲੂਗਾ ਇਹ, ਆਪਦਾ ਛੁੱਟੀਆਂ ਦਾ ਕੰਮ ਕਰ ਲੂਗਾ। ਅਤੇ ਅੱਜ ਦਾ ਵਲੋਗ ਆਪਾਂ ਇੱਥੇ ਹੀ ਖਤਮ ਕਰਦੇ ਹਾਂ, ਫਿਰ ਮਿਲਾਂਗੇ ਕੋਈ ਹੋਰ ਸੋਹਣਾ ਜਿਹਾ ਵਲੋਗ ਲੈ ਕੇ। ਤਦ